ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਜਦ ਡਾਕਟਰ ਹੀ ਕੁਝ ਅਜਿਹੀ ਹਰਕਤ ਕਰ ਦੇਣ ਜਿਸ ਨਾਲ ਸਮਾਜ ਸ਼ਰਮਸਾਰ ਹੋ ਜਾਏ ਤਾਂ ਤੁਸੀਂ ਕੀ ਕਹੋਗੇ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੱਡੀਆਂ ਦੇ ਡਾਕਟਰ ਕੋਲ ਆਪਣੇ ਗਠੀਏ ਦੀ ਦਵਾਈ ਲੈਣ ਜਾਂਦੀ ਹੈ ਪਰ ਉਸ ਨੂੰ ਡਾਕਟਰ ਦੀ ਨੀਅਤ ਦਾ ਅੰਦਾਜ਼ਾ ਨਹੀਂ ਹੁੰਦਾ। ਪੀੜਤ ਔਰਤ ਜਦ ਚੌਥੀ ਵਾਰ ਦਵਾਈ ਲੈਣ ਜਾਂਦੀ ਹੈ ਤਾਂ ਉਹ ਰਿਸੈਪਸ਼ਨ ਤੇ ਆਪਣਾ ਨੰਬਰ ਦੇਣ ਦੀ ਬਜਾਏ ਆਪਣੇ ਪਤੀ ਦਾ ਨੰਬਰ ਲਿਖਾਉਂਦੀ ਹੈ ਜੋ ਕਿ ਕਵੈਤ ਵਿੱਚ ਕੰਮ ਕਰਦਾ ਹੈ ਤੇ ਉਸ ਦਾ ਵਟਸਐਪ ਪੰਜਾਬ ਦੇ ਨੰਬਰ ਤੇ ਹੀ ਚੱਲਦਾ ਹੈ। ਜਦ ਔਰਤ ਦਵਾਈ ਲੈ ਕੇ ਚਲੀ ਗਈ ਤਾਂ ਡਾਕਟਰ ਸਾਹਿਬ ਨੇ ਔਰਤ ਦਾ ਨੰਬਰ ਸਮਝ ਕੇ ਉਸਦੇ ਪਤੀ ਦੇ ਮੋਬਾਈਲ ਦੇ ਉੱਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਤੇ ਅੱਗੋਂ ਪਤੀ ਨੇ ਮਹਿਲਾ ਦੇ ਕੋਲੋਂ ਸਾਰਾ ਮਾਮਲਾ ਪੁੱਛ ਕੇ ਡਾਕਟਰ ਦੀ ਨੀਅਤ ਨੂੰ ਦੇਖਣ ਦੇ ਲਈ ਔਰਤ ਬਣ ਕੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸ਼ੁਰੂ ਹੋ ਗਈ ਡਾਕਟਰ ਸਾਹਿਬ ਦੀ ਆਸ਼ਕੀ। ਉਸ ਤੋਂ ਬਾਅਦ ਪੀੜਤ ਦੇ ਪਤੀ ਨੇ ਡਾਕਟਰ ਨੂੰ ਆਪਣੀ ਫੋਟੋ ਭੇਜਣ ਲਈ ਕਿਹਾ ਤਾਂ ਡਾਕਟਰ ਨੂੰ ਲੱਗਾ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਅਤੇ ਡਾਕਟਰ ਨੇ ਹੁੰਮ ਹਮਾ ਕੇ ਸੈਲਫੀਆਂ ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਪਤਾ ਉਦੋਂ ਲੱਗਾ ਜਦੋਂ ਔਰਤ ਦੇ ਪਤੀ ਨੇ ਡਾਕਟਰ ਦੀ ਇਹ ਚੈਟ ਆਪਣੀ ਆਵਾਜ਼ ਦੇ ਨਾਲ ਵਾਇਰਲ ਕਰ ਦਿੱਤੀ। ਉਧਰ ਦੂਜੇ ਪਾਸੇ ਪੀੜਤਾ ਵੱਲੋਂ SSP ਹੁਸ਼ਿਆਰਪੁਰ ਨੂੰ ਦਰਖਾਸਤ ਦੇ ਕੇ ਡਾਕਟਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਕਰਕੇ ਪੁਲਿਸ ਅਧਿਕਾਰੀ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਡਾਕਟਰ ਨੇ ਵਟਸਐਪ ਰਾਹੀਂ ਚਾਰਜ ਕੀਤੀ ਨੇ ਉਹਦੇ ਬਾਰੇ ਮੈਂ ਉਹਨਾਂ ਨੇ ਪੜਤਾਲ ਕਰਨ ਕੇ ਲਈ ਐਪਲੀਕੇਸ਼ਨ ਦਿੱਤੀ ਹੈ। ਐਪਲੀਕੇਸ਼ਨ ਮਸਲ ਹੋਣੇ ਕੇ ਬਾਅਦ ਮੈਨੇ ਇੱਕ ਆਫਿਸਰ ਕੋ ਡਿਊਟੀ ਲਗਾਇਆ ਹੈ ਪੜਤਾਲ ਕਰਨ ਲਈ। ਜਿਵੇਂ ਪੜਤਾਲ ਹੋਏਗਾ ਉਹਦੇ ਹਿਸਾਬ ਸੇ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ। ਜਮਾਲਪੁਰ ਦੇ ਨੇੜੇ ਪਹੁੰਚੀ ਹਾਂ ਅਤੇ ਉਹ ਨੰਬਰ ਸੀ ਮੇਰੇ ਹਸਬੈਂਡ ਦਾ ਅਤੇ ਇਹਨਾਂ ਨੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਡਾਕਟਰ ਨੇ। ਹਾਂਜੀ, ਬਹੁਤ ਅਸ਼ਲੀਲ ਗੱਲਾਂ ਮਤਲਬ ਮੈਸੇਜ ਕੀਤੇ ਉਹਨਾਂ ਨੇ ਅਤੇ ਇਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ, ਮੈਂ ਕਿਹਾ ਮਾਲਪੁਰ ਦੇ ਨੇੜੇ ਪਹੁੰਚੀ, ਉਹ ਕਹਿੰਦੇ ਡਾਕਟਰ ਦੇ ਮੈਸੇਜ ਆ ਰਹੇ ਆ ਤੁਹਾਨੂੰ ਅਤੇ ਮੈਂ ਕਿਹਾ ਚਲੋ ਤੁਸੀਂ ਕਰ ਲਓ ਗੱਲ ਕੀ ਕਹਿੰਦੇ ਆ। ਉਹਨਾਂ ਨੇ ਮਤਲਬ ਕਿ ਪਤਾ ਕੀਤਾ ਕਿੱਥੇ ਤੱਕ ਡਾਕਟਰ ਪਹੁੰਚਦਾ ਆ, ਸਾਰੀ ਗੱਲਬਾਤ ਕੀਤੀ ਆ ਪਰ ਡਾਕਟਰ ਨੇ ਬਹੁਤ ਗਲਤ ਬੋਲਿਆ, ਬਹੁਤ ਗਲਤ ਗੱਲਾਂ ਕੀਤੀਆਂ ਅਤੇ ਬਾਅਦ ਵਿੱਚ ਉਹਨਾਂ ਦਾ ਫੈਸਲਾ ਸੀਗਾ ਕਿ ਅਸੀਂ ਇਸ ਡਾਕਟਰ ਨੂੰ ਕੁੱਟ ਮਾਰ ਕਰੀਏ, ਇਹਨੂੰ ਸਬਕ ਸਿਖਾਈਏ। ਸਮਾਜ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਕੋਈ ਪਹਿਲੀ ਵਾਰ ਨਹੀਂ ਵਾਪਰਿਆ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਵਾਪਰ ਚੁੱਕੇ ਨੇ। ਹੁਣ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਅਜਿਹੀਆਂ ਹਰਕਤਾਂ ਕਰਨ ਵਾਲੇ ਡਾਕਟਰਾਂ ਤੇ ਨਕੇਲ ਕਸਣ ਦੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਡਾਕਟਰ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ। ਹੁਸ਼ਿਆਰਪੁਰ ਤੋਂ ਸਤਪਾਲ ਸਿੰਘ ਰਤਨ ਦੀ ਰਿਪੋਰਟ।